ਸਪੈਸ਼ਲ ਫੋਰਸ ਦੇ ਵਿੱਚ ਜਿਹੜੇ ਕੁੱਤੇ ਨੇ ਉਹਨਾਂ ਨੇ ਇੱਕ ਚੀਤੇ ਨੂੰ ਫੜ ਲਿਆ। ਕੁੱਤਿਆਂ ਨੇ ਸੁੰਘ ਕੇ ਇਸ ਚੀਤੇ ਦਾ ਟਿਕਾਣਾ ਲੱਭਿਆ, ਜਿੱਥੇ ਰਾਤ ਨੂੰ ਚੀਤਾ ਕਿਤੇ ਲੁਕਦਾ ਹੈ ਜਿੱਥੇ ਲੋਕਾਂ ਦੇ ਕੋਲੋਂ, ਉਹ ਟਿਕਾਣਾ ਇਹਨਾਂ ਕੁੱਤਿਆਂ ਨੇ ਲੱਭ ਦਿਖਾਇਆ। ਤਾਂ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕੁਝ ਕੁੱਤਿਆਂ ਨੇ ਸਪੈਸ਼ਲ ਫੋਰਸ ਦੇ ਵਿੱਚ ਜਿਹੜੇ ਕੁੱਤੇ ਨੇ ਉਹਨਾਂ ਨੇ ਇੱਕ ਚੀਤੇ ਨੂੰ ਫੜ ਲਿਆ ਹੈ। ਜੀ ਹਾਂ, ਕੁੱਤਿਆਂ ਦੀ ਮਦਦ ਨਾਲ ਚੀਤੇ ਨੂੰ ਕਈ ਦਿਨਾਂ ਬਾਅਦ ਫੜਿਆ ਗਿਆ। ਦਰਅਸਲ ਤੁਹਾਨੂੰ ਦੱਸਦੇ ਹਾਂ, ਇਹ ਇਲਾਕੇ ਦੇ ਵਿੱਚ ਚੀਤੇ ਦਾ ਇੰਨਾ ਖੌਫ ਸੀ ਕਿ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ। ਚੀਤਾ ਜਿਹੜਾ ਇਹ ਘੱਟੋ ਘੱਟ 2 ਦਰਜਨ ਭੇਡਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ। ਇਹ ਪਿਛਲੇ ਕੁਝ 15 ਦਿਨਾਂ ਦੇ ਵਿੱਚ 2 ਦਰਜਨ ਭੇਡਾਂ ਦਾ ਸ਼ਿਕਾਰ ਕੀਤਾ ਇਸ ਚੀਤੇ ਨੇ, ਜਿਸ ਕਰਕੇ ਜਿਹੜੇ ਲੋਕਲ ਕਿਸਾਨ ਸੀ ਉਹਨਾਂ ਨੂੰ ਕਾਫੀ ਘਾਟਾ ਹੋ ਰਿਹਾ ਸੀ, ਕਾਫੀ ਨੁਕਸਾਨ ਹੋ ਰਿਹਾ ਸੀ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਬੁਲਾਇਆ ਗਿਆ। ਇੱਕ ਵਾਰ ਉਹਨਾਂ ਨੇ ਵੀ ਟਰੈਪ ਲਗਾਇਆ, ਪਰ ਕਿਸੇ ਵੀ ਟਰੈਪ ਦੇ ਵਿੱਚ ਚੀਤਾ ਕਾਬੂ ਨਹੀਂ ਆ ਰਿਹਾ ਸੀ, ਕਾਬੂ ਦੇ ਵਿੱਚ ਨਹੀਂ ਆ ਰਿਹਾ ਸੀ। ਤਾਂ ਅੰਤ ਦੇ ਵਿੱਚ ਸਪੈਸ਼ਲ ਫੋਰਸ ਦੇ ਜਰਮਨ ਸ਼ਾਫਰਡ ਨਸਲ ਦੇ ਇਹ ਕੁੱਤੇ ਮੰਗਾਏ ਗਏ। ਕੁੱਤਿਆਂ ਨੇ ਸੁੰਘ ਕੇ ਇਸ ਚੀਤੇ ਦਾ ਟਿਕਾਣਾ ਲੱਭਿਆ, ਜਿੱਥੇ ਰਾਤ ਨੂੰ ਚੀਤਾ ਆਰਾਮ ਕਰਦਾ ਹੈ ਆ ਕਿਤੇ ਲੁਕਦਾ ਹੈ ਜਿੱਥੇ ਲੋਕਾਂ ਦੇ ਕੋਲੋਂ, ਉਹ ਟਿਕਾਣਾ ਇਹਨਾਂ ਕੁੱਤਿਆਂ ਨੇ ਲੱਭ ਦਿਖਾਇਆ। ਜਿਸ ਤੋਂ ਬਾਅਦ ਚੀਤੇ ਨੂੰ ਫੜ ਲਿਆ ਗਿਆ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਕੁਝ ਫੌਜੀ ਦੇਖ ਰਹੇ ਹੋਣਗੇ, ਕੁਝ ਜੰਗਲਾਤ ਵਿਭਾਗ ਦੇ ਲੋਕ ਦੇਖ ਰਹੇ ਹੋਣਗੇ। ਇਹ ਸਾਰੇ ਲੋਕ ਚੀਤੇ ਨੂੰ ਲੱਭ ਰਹੇ ਨੇ ਅਤੇ ਨਾਲ ਕੁੱਤੇ, ਸਪੈਸ਼ਲ ਕੁੱਤੇ। ਇਹਨਾਂ ਦੀ ਸੁੰਘਣ ਦੀ ਤਾਕਤ ਬੇਹੱਦ ਖਾਸ ਹੁੰਦੀ ਹੈ, ਜਿਸ ਕਰਕੇ ਇਹਨਾਂ ਨੂੰ ਫੌਜ, ਪੁਲਿਸ ਅਤੇ ਹੋਰ ਵੀ ਕਈ ਵਿਭਾਗਾਂ ਦੇ ਵਿੱਚ ਇਹਨਾਂ ਕੁੱਤਿਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਹਾਈ ਪ੍ਰੋਫਾਈਲ ਕੇਸਿਸ ਦੇ ਵਿੱਚ ਤੁਸੀਂ ਟੀਵੀ ਦੇ ਉੱਤੇ ਜਾਂ ਕਦੇ ਇਹ ਕੁੱਤੇ ਜ਼ਰੂਰ ਦੇਖੇ ਹੋਣਗੇ। ਤਾਂ ਇਹਨਾਂ ਕੁੱਤਿਆਂ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ, ਜਿਹੜੇ ਕਈ ਦਿਨਾਂ ਤੋਂ ਪਰੇਸ਼ਾਨ ਸਨ, ਕਿਉਂਕਿ ਨਾ ਲੋਕ ਘਰਾਂ ਤੋਂ ਬਾਹਰ ਨਿਕਲ ਸਕਦੇ ਸੀ ਕਿਉਂਕਿ ਚੀਤਾ ਹਮਲਾ ਕਰ ਦੇਵੇਗਾ। ਅਤੇ ਤੁਹਾਨੂੰ ਪਤਾ ਵੀ ਹੈ, ਜੇਕਰ ਇੱਕ ਇਲਾਕੇ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਚਿੰਤਿਤ ਹੋ ਜਾਂਦੇ ਨੇ। ਤਾਂ ਲੋਕ ਆਪਣੇ ਬੱਚਿਆਂ ਨੂੰ ਸਕੂਲ ਤੱਕ ਨਹੀਂ ਭੇਜ ਰਹੇ ਸੀ ਇਸ ਚੀਤੇ ਦੇ ਡਰ ਤੋਂ, ਪਰ ਇਹਨਾਂ ਕੁੱਤਿਆਂ ਨੇ ਫੜ ਲਿਆ ਇਹ ਚੀਤਾ ਅਤੇ ਜਿਹੜੇ ਜੰਗਲਾਤ ਵਿਭਾਗ ਹੈ ਉਹਨਾਂ ਦੀ ਮਦਦ ਕੀਤੀ ਹੈ ਇਸ ਕੁੱਤੇ ਨੇ। ਤਾਂ ਦੱਸ ਦਈਏ ਕਿ ਤਮਿਲਨਾਡੂ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਚੀਤੇ ਨੇ ਲੋਕਾਂ ਦੀ ਨੱਕ 'ਚ ਦਮ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਇਹਨਾਂ ਚੀਤੇ ਨੂੰ ਇਹਨਾਂ ਕੁੱਤਿਆਂ ਦੀ ਮਦਦ ਦੇ ਨਾਲ ਫੜ ਲਿਆ ਗਿਆ। ਤਾਂ ਦੇਖੋ ਇਹ ਤਸਵੀਰਾਂ, ਸਪੈਸ਼ਲ ਫੋਰਸ ਦੇ ਵਿੱਚ ਜਿਹੜੇ ਕੁੱਤੇ ਨੇ ਉਹਨਾਂ ਨੇ ਇੱਕ ਚੀਤੇ ਨੂੰ ਫੜ ਲਿਆ ਗਿਆ। ਕੁੱਤਿਆਂ ਨੇ ਸੁੰਘ ਕੇ ਇਸ ਚੀਤੇ ਦਾ ਟਿਕਾਣਾ ਲੱਭਿਆ, ਜਿੱਥੇ ਰਾਤ ਨੂੰ ਚੀਤਾ ਕਿਤੇ ਲੁਕਦਾ ਹੈ ਜਿੱਥੇ ਲੋਕਾਂ ਦੇ ਕੋਲੋਂ, ਉਹ ਟਿਕਾਣਾ ਇਹਨਾਂ ਕੁੱਤਿਆਂ ਨੇ ਲੱਭ ਦਿਖਾਇਆ। ਤਾਂ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕੁਝ ਕੁੱਤਿਆਂ ਨੇ ਸਪੈਸ਼ਲ ਫੋਰਸ ਦੇ ਵਿੱਚ ਜਿਹੜੇ ਕੁੱਤੇ ਨੇ ਉਹਨਾਂ ਨੇ ਇੱਕ ਚੀਤੇ ਨੂੰ ਫੜ ਲਿਆ ਹੈ। ਜੀ ਹਾਂ, ਕੁੱਤਿਆਂ ਦੀ ਮਦਦ ਨਾਲ ਚੀਤੇ ਨੂੰ ਕਈ ਦਿਨਾਂ ਬਾਅਦ ਫੜਿਆ ਗਿਆ। ਦਰਅਸਲ ਤੁਹਾਨੂੰ ਦੱਸਦੇ ਹਾਂ, ਇਹ ਇਲਾਕੇ ਦੇ ਵਿੱਚ ਚੀਤੇ ਦਾ ਇੰਨਾ ਖੌਫ ਸੀ ਕਿ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ। ਚੀਤਾ ਜਿਹੜਾ ਇਹ ਘੱਟੋ ਘੱਟ 2 ਦਰਜਨ ਭੇਡਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ। ਇਹ ਪਿਛਲੇ ਕੁਝ 15 ਦਿਨਾਂ ਦੇ ਵਿੱਚ 2 ਦਰਜਨ ਭੇਡਾਂ ਦਾ ਸ਼ਿਕਾਰ ਕੀਤਾ ਇਸ ਚੀਤੇ ਨੇ, ਜਿਸ ਕਰਕੇ ਜਿਹੜੇ ਲੋਕਲ ਕਿਸਾਨ ਸੀ ਉਹਨਾਂ ਨੂੰ ਕਾਫੀ ਘਾਟਾ ਹੋ ਰਿਹਾ ਸੀ, ਕਾਫੀ ਨੁਕਸਾਨ ਹੋ ਰਿਹਾ ਸੀ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਬੁਲਾਇਆ ਗਿਆ। ਇੱਕ ਵਾਰ ਉਹਨਾਂ ਨੇ ਵੀ ਟਰੈਪ ਲਗਾਇਆ, ਪਰ ਕਿਸੇ ਵੀ ਟਰੈਪ ਦੇ ਵਿੱਚ ਚੀਤਾ ਕਾਬੂ ਨਹੀਂ ਆ ਰਿਹਾ ਸੀ, ਕਾਬੂ ਦੇ ਵਿੱਚ ਨਹੀਂ ਆ ਰਿਹਾ ਸੀ। ਤਾਂ ਅੰਤ ਦੇ ਵਿੱਚ ਸਪੈਸ਼ਲ ਫੋਰਸ ਦੇ ਜਰਮਨ ਸ਼ਾਫਰਡ ਨਸਲ ਦੇ ਇਹ ਕੁੱਤੇ ਮੰਗਾਏ ਗਏ। ਕੁੱਤਿਆਂ ਨੇ ਸੁੰਘ ਕੇ ਇਸ ਚੀਤੇ ਦਾ ਟਿਕਾਣਾ ਲੱਭਿਆ, ਜਿੱਥੇ ਰਾਤ ਨੂੰ ਚੀਤਾ ਆਰਾਮ ਕਰਦਾ ਹੈ ਆ
ਕਿਤੇ ਲੁਕਦਾ ਹੈ ਜਿੱਥੇ ਲੋਕਾਂ ਦੇ ਕੋਲੋਂ। ਉਹ ਟਿਕਾਣਾ ਇਹਨਾਂ ਕੁੱਤਿਆਂ ਨੇ ਲੱਭ ਦਿਖਾਇਆ, ਜਿਸ ਤੋਂ ਬਾਅਦ ਚੀਤੇ ਨੂੰ ਫੜ ਲਿਆ ਗਿਆ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਹ ਤਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਕੁਝ ਫੌਜੀ ਦਿਖ ਰਹੇ ਹੋਣਗੇ, ਕੁਝ ਜੰਗਲਾਤ ਵਿਭਾਗ ਦੇ ਲੋਕ ਦਿਖ ਰਹੇ ਹੋਣਗੇ। ਇਹ ਸਾਰੇ ਲੋਕ ਚੀਤੇ ਨੂੰ ਲੱਭ ਰਹੇ ਨੇ ਅਤੇ ਨਾਲ ਕੁੱਤੇ, ਸਪੈਸ਼ਲ ਕੁੱਤੇ। ਇਹਨਾਂ ਦੀ ਸੁੰਘਣ ਦੀ ਤਾਕਤ ਬੇਹੱਦ ਖਾਸ ਹੁੰਦੀ ਹੈ, ਜਿਸ ਕਰਕੇ ਇਹਨਾਂ ਨੂੰ ਫੌਜ, ਪੁਲਿਸ ਅਤੇ ਹੋਰ ਵੀ ਕਈ ਵਿਭਾਗਾਂ ਦੇ ਵਿੱਚ ਇਹਨਾਂ ਕੁੱਤਿਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਹਾਈ ਪ੍ਰੋਫਾਈਲ ਕੇਸਿਸ ਦੇ ਵਿੱਚ ਤੁਸੀਂ ਟੀਵੀ ਦੇ ਉੱਤੇ ਜਾਂ ਕਦੇ ਇਹ ਕੁੱਤੇ ਜ਼ਰੂਰ ਦੇਖੇ ਹੋਣਗੇ। ਤਾਂ ਇਹਨਾਂ ਕੁੱਤਿਆਂ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ, ਜਿਹੜੇ ਕਈ ਦਿਨਾਂ ਤੋਂ ਪਰੇਸ਼ਾਨ ਸਨ, ਕਿਉਂਕਿ ਨਾ ਲੋਕ ਘਰਾਂ ਤੋਂ ਬਾਹਰ ਨਿਕਲ ਸਕਦੇ ਸੀ ਕਿਉਂਕਿ ਚੀਤਾ ਹਮਲਾ ਕਰ ਦੇਵੇਗਾ। ਅਤੇ ਤੁਹਾਨੂੰ ਪਤਾ ਵੀ ਹੈ, ਜੇਕਰ ਇੱਕ ਇਲਾਕੇ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਚਿੰਤਿਤ ਹੋ ਜਾਂਦੇ ਨੇ। ਤਾਂ ਲੋਕ ਆਪਣੇ ਬੱਚਿਆਂ ਨੂੰ ਸਕੂਲ ਤੱਕ ਨਹੀਂ ਭੇਜ ਰਹੇ ਸੀ ਇਸ ਚੀਤੇ ਦੇ ਡਰ ਤੋਂ, ਪਰ ਇਹਨਾਂ ਕੁੱਤਿਆਂ ਨੇ ਫੜ ਲਿਆ ਇਹ ਚੀਤਾ ਅਤੇ ਜਿਹੜੇ ਜੰਗਲਾਤ ਵਿਭਾਗ ਹੈ ਉਹਨਾਂ ਦੀ ਮਦਦ ਕੀਤੀ ਹੈ ਇਸ ਕੁੱਤੇ ਨੇ। ਤਾਂ ਦੱਸ ਦਈਏ ਕਿ ਤਮਿਲਨਾਡੂ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਚੀਤੇ ਨੇ ਲੋਕਾਂ ਦੀ ਨੱਕ 'ਚ ਦਮ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਇਹਨਾਂ ਚੀਤੇ ਨੂੰ ਇਹਨਾਂ ਕੁੱਤਿਆਂ ਦੀ ਮਦਦ ਦੇ ਨਾਲ ਫੜ ਲਿਆ ਗਿਆ। ਤਾਂ ਦੇਖੋ ਇਹ ਤਸਵੀਰਾਂ।